ਠੀਕ ਹੈ ਜੀ, ਊੜਾ ਜਿਹੜਾ ਸੁਣਾਓ ਮਾੜਾ ਜਿਹਾ। ਊੜਾ ਐੜਾ ਈੜੀ ਸੱਸਾ ਹਾ ਹਾ। ਇਹ ਬੱਚੇ ਪੰਜਾਬੀ ਸਿੱਖ ਰਹੇ ਜੀ ਇਸ ਲਈ? ਹਾਂਜੀ ਜੀ, ਗੁਰਮੁਖੀ ਦੀਆਂ ਕਲਾਸਾਂ ਲੱਗ ਗਈਆਂ। 11 ਭੱਟ ਸਾਹਿਬਾਨ, 15 ਭਗਤ ਸਾਹਿਬਾਨਾਂ ਦੇ ਨਾਲ ਤੇ 6 ਗੁਰੂ ਸਾਹਿਬਾਨਾਂ ਦੀ ਬਾਣੀ ਜਿਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ, ਤਕਰੀਬਨ ਸਾਰਾ ਦੱਸਿਆ ਗਿਆ ਬੱਚਿਆਂ ਨੂੰ। ਭਾਈ ਦਿਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਬੱਚਿਆਂ ਦਾ ਪੰਜਾਬੀ ਵਾਲਾ ਕੈਂਪ ਜਿਹੜਾ ਇਹ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਲੱਗਦਾ ਕਿ ਅੱਗੇ ਸਤਿ ਸ਼੍ਰੀ ਅਕਾਲ ਜੀ, ਇਸ ਵੇਲੇ ਅਸੀਂ ਸਪੇਨ ਦੇ ਸ਼ਹਿਰ ਵਿਕ ਦੇ ਵਿੱਚ ਹਾਂ। ਵਿਕ ਬਾਰਸੀਲੋਨਾ ਤੋਂ ਤਕਰੀਬਨ 1 ਘੰਟੇ ਦੀ ਡਰਾਈਵ ਦੇ ਉੱਤੇ ਹੈ ਅਤੇ ਵਿਕ ਦੇ ਇਸ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚ ਇਸ ਵੇਲੇ ਅਸੀਂ ਬੈਠੇ ਹਾਂ। ਬੱਚਿਆਂ ਨੂੰ ਛੁੱਟੀਆਂ ਨੇ ਅਤੇ ਛੁੱਟੀਆਂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਵਿਕ ਦੇ ਇਸ ਗੁਰੂ ਘਰ ਦੇ ਵਿੱਚ ਕੈਂਪ ਜਿਹੜਾ ਉਹ ਲੱਗਾ ਹੋਇਆ। ਕੈਂਪ ਦੇ ਵਿੱਚ ਜਿੱਥੇ ਬੱਚਿਆਂ ਨੂੰ ਪੰਜਾਬੀ ਸਿਖਾਈ ਜਾਂਦੀ ਹੈ ਉੱਥੇ ਗੁਰਮਤਿ ਦੇ ਨਾਲ ਜਿਹੜਾ ਉਹ ਵੀ ਜੋੜਿਆ ਜਾਂਦਾ ਹੈ। ਸਾਡੇ ਨਾਲ ਗੁਰੂ ਘਰ ਦੇ ਪ੍ਰਬੰਧਕ, ਸੇਵਾਦਾਰ, ਮੁੱਖ ਸੇਵਾਦਾਰ ਅਤੇ ਹੋਰ ਜਿਹੜੀ ਵਿਕ ਦੀ ਸੰਗਤ ਹੈ ਉਹ ਵੀ ਇਸ ਵੇਲੇ ਬਿਰਾਜਮਾਨ ਹੈ। ਆਪਾਂ ਵਾਰੀ ਵਾਰੀ ਗੱਲਬਾਤ ਜਿਹੜੀ ਉਹਨਾਂ ਦੇ ਨਾਲ ਕਰਾਂਗੇ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਠੀਕ ਠਾਕ ਹੋ ਜੀ? ਚੜ੍ਹਦੀ ਕਲਾ ਜੀ ਬਾਬਾ। ਅੱਛਾ ਜੀ, ਮੈਨੂੰ ਇੱਕ ਚੀਜ਼ ਸਭ ਤੋਂ ਪਹਿਲਾਂ ਦੱਸਿਓ ਕਿ ਇਸ ਸ਼ਹਿਰ ਦੇ ਵਿੱਚ ਕਿੰਨੇ ਕੁ ਪੰਜਾਬੀ ਰਹਿੰਦੇ ਹੋਣਗੇ? ਇੱਥੇ ਜੀ ਘੱਟ ਕੋ 3,35 ਨੇ ਫੈਮਿਲੀ। ਹਾਂਜੀ, ਤੇ ਸਾਰਾ ਕੰਮ ਕਰਦੇ ਨੇ ਇੱਥੇ, ਫੈਕਟਰੀ ਆ ਜੀ ਜਿਹੜਾ ਗੁਰੂ ਘਰ ਲਿਆ ਆ ਤੇ ਆਪਣੀ ਬਿਲਡਿੰਗ ਖਰੀਦੀ ਆ ਜੀ, ਖਰੀਦ ਕੇ ਆ ਵੀ ਸਾਰੀ ਸੰਗਤ ਦਾ ਸਹਿਯੋਗ ਦੇ ਨਾਲ ਤਿਆਰ ਹੋਇਆ। ਬਾਹਰੋਂ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਆ ਜੀ, ਇਸ ਕਰਕੇ ਬਿਲਡਿੰਗ ਬਣਾਈ ਆ ਗੁਰੂ ਘਰ ਦੀ। ਸਾਰੇ ਪਿਆਰ ਨਾਲ ਰਹਿੰਦੇ ਨੇ, ਮੁਹੱਤਾ ਰਹਿੰਦੇ ਨੇ, ਕੋਈ ਇੱਦਾਂ ਦੀ ਗੱਲਬਾਤ ਨਹੀਂ ਹੈ। ਗੁਰੂ ਘਰ ਕਦੋਂ ਕੁ ਤੋਂ ਇੱਥੇ ਸ਼ੁਰੂ ਹੋਏ ਜੀ? ਗੁਰੂ ਘਰ ਹੋਏ ਜੀ ਘੱਟੋ ਘੱਟ 20 ਸਾਲ ਹੋ ਗਏ ਸੀਗੇ ਜੀ। ਅੱਛਾ, 20 ਸਾਲ। ਹਾਂਜੀ, ਪਹਿਲਾਂ ਕਿਰਾਏ ਸੀਗੇ ਜੀ, ਉਸ ਤੋਂ ਬਾਅਦ ਕਿਰਾਏ ਸੀਗੇ। ਇਸ ਬਿਲਡਿੰਗ ਨੂੰ 2 ਸਾਲ ਹੋਏ ਲਈ ਨੇ ਬਿਲਡਿੰਗ ਨੂੰ, ਇਸ ਬਿਲਡਿੰਗ ਹਾਂਜੀ ਮੁੱਲ ਲਈ ਆਪਣੀ ਲੈ ਕੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ 2 ਸਾਲ ਹੋਏ ਤਿਆਰ ਹੋਏ ਨੇ ਸਾਰੀ ਜੀ। ਮੈਂ ਜਿੰਨੇ ਕੁ ਸਪੇਨ ਦੇ ਗੁਰੂ ਘਰ ਦੇਖੇ ਨੇ ਸ਼ਾਇਦ ਤੁਹਾਡਾ ਹਾਲ ਸਭ ਤੋਂ ਵੱਡਾ ਮੈਨੂੰ ਲੱਗਦਾ, ਮੈਡਰਿਡ ਦੇ ਵਿੱਚ ਹੋਵੇ ਤਾਂ ਪਤਾ ਨਹੀਂ। ਇਹ ਤਾਂ ਵਾਹਿਗੁਰੂ ਦੀ ਕਿਰਪਾ ਜੀ, ਸੰਗਤ ਦੀ ਕਿਰਪਾ ਜੀ ਜੀ, ਸੰਗਤ ਦੀ ਕਿਰਪਾ ਸਭ ਕੁਝ ਹੋਇਆ ਜੀ, ਹੋਇਆ ਜੀ, ਇਸ ਕਰਕੇ ਸੰਗਤ ਦੇ ਨਾਲ ਸਹਿਯੋਗ ਨਾਲ ਹੀ ਹੋਇਆ। ਬਹੁਤ ਵਧੀਆ, ਪਰਮਾਤਮਾ ਮਿਹਰ ਕਰੇ। ਬਿਲਕੁਲ ਠੀਕ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਗੁਰੂ ਸਿੰਘ ਦੇ ਹੋ ਚੱਲਦਾ ਨਾਂ ਚੱਲਦਾ ਆ ਰਿਹਾ, ਸਾਰੇ ਸੰਗਤ ਜੁੜ ਕੇ ਬਾਹਰੋਂ ਵੀ ਬੜੀ ਸੇਵਾ ਕੀਤੀ ਹੈ, ਅੱਜ ਤੱਕ ਵੀ ਸੇਵਾ ਚੱਲਦੀ ਪਈ। ਸਾਡੇ ਕੰਮ ਕਾਫੀ ਅਧੂਰੇ ਰਹਿੰਦੇ ਨੇ। ਠੀਕ ਹੈ। ਅੱਛਾ, ਇੱਕ ਮੈਨੂੰ ਹੋਰ ਦੱਸਿਓ ਕਿ ਬੱਚਿਆਂ ਦਾ ਪੰਜਾਬੀ ਵਾਲਾ ਕੈਂਪ ਜਿਹੜਾ ਇਹ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਲੱਗਦਾ ਕਿ ਅੱਗੇ ਪਿੱਛੇ? ਨਹੀਂ ਜੀ, ਸਿਰਫ ਗਰਮੀਆਂ ਛੁੱਟੀਆਂ ਹੁੰਦੀਆਂ 2 ਮਹੀਨੇ ਸਕੂਲਾਂ ਵਿੱਚ ਜੀ, ਇਸ ਕਰਕੇ ਬੱਚੇ ਇੱਥੇ ਗੁਰਮੁਖੀ ਸਿੱਖਦੇ ਨੇ, ਹੋਰ ਸਿੱਖਦੇ ਨੇ ਆ ਕੇ ਜੀ, ਸੇਵਾ ਫ੍ਰੀ ਸੇਵਾ ਕੀਤੀ ਜਾਂਦੀ ਹੈ। ਠੀਕ ਹੈ ਜੀ, ਲੰਗਰ ਪਾਣੀ ਵੀ ਨਾਲ ਬੱਚਿਆਂ ਨੂੰ ਮਿਲਦਾ ਹੈ। ਠੀਕ ਹੈ ਜੀ, ਸਭ ਕੁਛ ਹਾਂਜੀ ਹੁੰਦਾ ਜੀ। ਠੀਕ ਹੈ ਜੀ। ਅੱਛਾ, ਇਧਰਲੇ ਪਾਸੇ ਕੁਲਵਿੰਦਰ ਸਿੰਘ ਜੀ ਲੱਗੇ ਆਓ ਜੀ ਮੇਰੇ ਮਾੜਾ ਜਿਹਾ, ਮੈਨੂੰ 2-4 ਚੀਜ਼ਾਂ ਦੱਸਿਓ, ਮੈਂ ਵਾਰੀ ਵਾਰੀ ਥੋੜ੍ਹਾ ਥੋੜ੍ਹਾ ਪੁੱਛ ਲੈਂਦਾ। ਮੁੱਖ ਕੰਮ ਧੰਦਾ, ਕਿਉਂਕਿ ਸਾਨੂੰ ਬਾਰਸੀਲੋਨਾ ਦਾ ਪਤਾ, ਸਾਨੂੰ ਮੈਡਰਿਡ ਦਾ ਪਤਾ, ਜਿਹੜੇ ਪੰਜਾਬ 'ਚ ਬੈਠੇ ਹਾਂ ਜਾਂ ਹੋਰ ਦੇਸ਼ਾਂ ਦੇ ਵਿੱਚ ਬੈਠੇ ਹਾਂ, ਵਿਕ ਸ਼ਹਿਰ ਦੇ ਵਿੱਚ ਮੁੱਖ ਤੌਰ ਦੇ ਉੱਤੇ ਕੰਮ ਧੰਦਾ ਜਿਹੜਾ ਉਹ ਕਿਹੜਾ, ਜਿਹੜਾ ਪੰਜਾਬੀ ਕਰ ਰਹੇ ਆ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜ਼ਿਆਦਾਤਰ ਇੱਥੇ ਫੈਕਟਰੀਆਂ ਦਾ ਕੰਮ ਹੈ ਜੀ। ਠੀਕ ਹੈ ਜੀ। ਹਾਂਜੀ, ਅਤੇ ਆਪਣੇ ਮੋਸਟਲੀ ਮੁੰਡੇ ਜਿੰਨੇ ਵੀ ਤਕਰੀਬਨ ਉਹ ਫੈਕਟਰੀਆਂ 'ਚ ਕੰਮ ਕਰਦੇ ਆ, ਬਾਕੀ ਰੈਸਟੋਰੈਂਟ ਲਾਈਨ ਵੀ ਹੈਗੀ ਇੱਥੇ, ਉਹ 'ਚ ਵੀ ਆਪਣੇ ਬੰਦੇ ਨੇ ਮੈਨੂੰ ਰੈਸਟੋਰੈਂਟ ਓਪਨ ਕੀਤੇ ਹੋਏ ਆ, ਅਤੇ ਸ਼ੋਪ ਹੈਗੀਆਂ ਖੋਲੀਆਂ ਅਲਮਤਸੇ, ਹੁਣ ਜਿਵੇਂ ਆਪਣੇ ਗਰੋਸਰੀ ਸਟੋਰ ਹੈ। ਠੀਕ ਹੈ, ਉਹਨਾਂ ਦਾ ਵੀ ਕੰਮ ਹੈਗਾ ਜੀ ਇੱਥੇ। ਅਤੇ ਬਾਰਸੀਲੋਨਾ ਦੇ ਵਿੱਚ ਅਸੀਂ ਦੇਖਿਆ ਸੀ ਕਿ ਬਹੁਤੇ ਪੰਜਾਬੀ ਜਿਹੜੇ ਅਪਾਰਟਮੈਂਟਾਂ ਦੇ ਵਿੱਚ ਰਹਿੰਦੇ ਆ ਜਿੱਥੇ ਸੌਖੀ ਚੰਗੀ ਲਾਈਫ ਆ, ਕੀ ਇੱਥੇ ਦੇ ਜਿਹੜੇ ਹੋਰ ਸ਼ਹਿਰ ਨੇ ਵਿਕ ਵਰਗੇ ਜਾਂ ਆਲੇ ਦੁਆਲੇ ਜਰੋਨਾ ਵਾਲਾ ਸ਼ਹਿਰ ਹੋ ਗਿਆ, ਉੱਥੇ ਵੀ ਅਪਾਰਟਮੈਂਟਾਂ ਵਾਲੀ ਲਾਈਫ ਹੈ ਜਾਂ ਇਕੱਲੇ ਇਕੱਲੇ ਕਰਨੇ 'ਚ? ਤਕਰੀਬਨ ਸਾਰੇ ਸਪੇਨ ਦੇ ਵਿੱਚ ਹੀ 95% ਦੇ ਕਰੀਬ ਦਾ ਅਪਾਰਟਮੈਂਟ ਸਿਸਟਮ ਹੀ ਹੈ ਜੀ। ਠੀਕ ਹੈ ਜੀ। ਜਿਹੜਾ ਹੈਗਾ ਸਿੰਗਲ ਘਰ ਵਾਲਾ ਹੈਗਾ ਜੀ, ਪਰ ਬਹੁਤ ਘੱਟ ਆ, ਬਹੁਤ ਘੱਟ, 1-2% ਲਾ ਲਓ ਤੁਸੀਂ ਵੀ ਆਪਣੇ ਹਜੇ ਪੰਜਾਬੀ ਜਿਹੜੇ ਇਸ ਤਰ੍ਹਾਂ ਰਹਿ ਰਹੇ ਆ ਸਿੰਗਲ ਘਰ ਦੇ ਵਿੱਚ, ਵੀ ਨਹੀਂ ਹੈਗੀ, ਵਧੀਆ ਜ਼ਿੰਦਗੀ ਵਧੀਆ ਗੁਜ਼ਰ ਰਹੀ ਆ। ਹਾਂਜੀ ਹਾਂਜੀ ਹਾਂਜੀ।
ਅੱਛਾ ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਗੁਰੂ ਘਰ ਦੇ ਵਿੱਚ ਕਿਉਂਕਿ ਹਾਲ ਬਹੁਤ ਵੱਡਾ, ਮੈਨੂੰ ਚੰਗਾ ਲੱਗਿਆ ਇੱਥੇ ਦੇਖ ਕੇ ਕਿ ਭਾਈ ਬੁਲੰਦੀਆਂ ਵਾਲੇ ਪਾਸੇ ਆ, ਅਤੇ ਸੰਗਤ ਜਦੋਂ ਕੋਈ ਗੁਰਪੁਰਬ ਹੁੰਦਾ ਗੁਰੂ ਸਾਹਿਬ ਦਾ ਦਿਨ ਮਨਾਉਣਾ ਹੁੰਦਾ ਤਾਂ ਫਿਰ ਹਾਲ ਫੁੱਲ ਹੋ ਜਾਂਦਾ ਜੀ? ਹਾਂਜੀ ਹਾਂਜੀ, ਤਕਰੀਬਨ ਵਿਕ ਦੇ ਵਿੱਚ ਹੀ ਸੰਗਤ ਬਹੁਤ ਆ, ਪਰ ਆਸੇ ਪਾਸੇ ਜਿਹੜੇ ਨੇੜੇ ਪਿੰਡ ਆ ਜੀ ਉੱਥੋਂ ਵੀ ਸਾਰੀ ਸੰਗਤ ਇੱਥੇ ਤਕਰੀਬਨ ਪਹੁੰਚਦੀ ਆ ਜੀ, ਕਿਉਂਕਿ ਸੰਡੇ ਦੇ ਸੰਡੇ ਪ੍ਰੋਗਰਾਮ ਵੈਸੇ ਵੀ ਹੁੰਦਾ, ਪਰ ਜਦੋਂ ਵੀ ਕੋਈ ਦਿਨ ਤਿਉਹਾਰ ਹੁੰਦਾ ਉਦੋਂ ਤਾਂ ਫਿਰ ਮੋਸਟਲੀ ਬਹੁਤ ਹੁੰਦਾ ਜੀ ਸੰਗਤ ਹੁੰਦਾ। ਠੀਕ ਹੈ ਜੀ, ਬਹੁਤ ਸ਼ੁਕਰੀਆ। ਇਧਰਲੇ ਪਾਸੇ ਵੀ ਆਪਾਂ ਗੱਲ ਜਿਹੜੀ ਹੈ ਉਹ ਸ਼ੁਰੂ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਦਾਸ ਤਹਿ ਦਿਲ ਧੰਨਵਾਦ ਕਰਦਾ, ਤੁਹਾਡਾ ਵੈਲਕਮ ਕਰਦਾ, ਜਿਨ੍ਹਾਂ ਨੇ ਸਾਡੇ ਵਿਕ ਸ਼ਹਿਰ ਦੇ ਵਿੱਚ ਆ ਕੇ ਆਪਣੇ ਚਰਨ ਪਾਏ ਨੇ, ਸੰਗਤਾਂ ਦੇ ਰੂਬ ਰੂਹ ਹੋਏ ਹੋ, ਅਤੇ ਇਸੇ ਤਰ੍ਹਾਂ ਹੀ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਤੁਹਾਨੂੰ ਦਿਨ ਚੁਗਣੀ ਅਤੇ ਰਾਤ ਚੁਗਣੀ ਤਰੱਕੀ ਬਖਸ਼ੇ। ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਸ਼ਹਿਰ 'ਚ? ਮੈਨੂੰ ਇਸ ਸ਼ਹਿਰ 'ਚ 2002 ਦਾ ਅਰਦਾਸ ਇਸ ਸ਼ਹਿਰ 'ਚ ਰਹਿ ਰਿਹਾ। 22 ਸਾਲ ਹੋ ਗਏ। 22 ਸਾਲ ਹੋ ਗਏ ਨੇ। 22 ਸਾਲ ਪਹਿਲਾਂ ਇਸ ਸ਼ਹਿਰ ਦਾ ਸਟਰਕਚਰ ਜਿਹੜਾ ਉਹ ਕਿੱਦਾਂ ਦਾ ਸੀ, ਕਿ ਜਾਣੀ ਕਿੰਨੇ ਕੁ ਪੰਜਾਬੀ ਸੀ, ਕੀ ਮਾਹੌਲ ਸੀ? ਜਿਸ ਟਾਈਮ ਅਸੀਂ ਆਏ ਸੀ ਉਦੋਂ ਲਗਭਗ ਕੋਈ 10 ਤੋਂ 15 ਸਰੀਰ ਇੰਡੀਆਂ ਰਹਿੰਦੇ ਸੀ ਇੱਥੇ। 10 ਤੋਂ 15 ਹੀ? 10 ਤੋਂ 15। ਠੀਕ ਹੈ। ਅਤੇ ਇਹ ਜਿਹੜੀ ਬਾਅਦ ਵਿੱਚ 2005 ਤੋਂ ਬਾਅਦ ਇੱਥੇ ਬਹੁਤ ਜ਼ਿਆਦਾ ਸੰਗਤ ਨੇ ਇੱਥੇ ਦਖਲ ਦਿੱਤਾ ਜੀ, ਜਿੱਦਾਂ ਕੰਮ ਦੇ ਆਧਾਰ 'ਤੇ ਬਹੁਤ ਜ਼ਿਆਦਾ ਕੰਮ ਇੱਥੇ, ਅਤੇ ਕੋਈ ਜ਼ਿਆਦਾ ਕੰਮ ਜਿਹੜੇ ਇੱਥੇ ਫੈਕਟਰੀ ਦੇ ਕੰਮ ਨੇ, ਅਤੇ ਲੋਕ ਆਪਣੇ ਰੈਸਟੋਰੈਂਟ ਲੈਣ ਦੀ ਵੀ ਕੰਮ ਕਰਦੇ ਨੇ, ਅਤੇ ਕੁਝ ਟੈਕਸੀ ਦਾ ਜਿਹੜਾ ਫੇਰੀਆ ਬਾਜ਼ਾਰ ਓਪਨ ਮਾਰਕੀਟਾਂ ਲਾਉਂਦੇ ਨੇ ਉਹ ਵੀ ਕਰਦੇ ਨੇ, ਪਰ ਜ਼ਿਆਦਾਤਰ ਇੱਥੇ ਫੈਕਟਰੀ ਦਾ ਕੰਮ ਹੈ। ਠੀਕ ਹੈ ਜੀ। ਅਤੇ ਇੱਥੇ ਕਰਕੇ ਇਸ ਕਰ ਇਸ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਤਾਕਤ 'ਚ ਸੰਗਤ ਆ ਰਹੀ ਹੈ। ਇਸ ਟਾਈਮ 'ਤੇ 3,000 ਤੋਂ ਪਲੱਸ ਸੰਗਤ ਰਹਿ ਰਹੀ ਹੈ। 3,000 ਤੋਂ ਵੱਧ ਪੰਜਾਬੀ ਹੈਗਾ। ਅਤੇ ਜਦੋਂ ਕਿਤੇ ਇੱਥੇ ਵੀਕਐਂਡ 'ਤੇ ਜਾਂ ਗੁਰਪੁਰਬ ਹੋਵੇ ਜਾਂ ਕੋਈ ਪ੍ਰੋਗਰਾਮ ਹੁੰਦਾ ਸਪੈਸ਼ਲ, ਇਹ ਹਾਲ ਫੁੱਲ ਹੋਣ ਦੇ ਬਾਵਜੂਦ ਹੇਠਾਂ ਵੀ ਫੁੱਲ ਹੋਇਆ ਹੁੰਦਾ, ਪਲੱਸ ਸੰਗਤ ਹੁੰਦੀ ਹਾਲ ਸੰਗਤ ਹੁੰਦੀ। ਠੀਕ ਹੈ ਜੀ। ਭਾਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ, ਮੈਨੂੰ ਇੱਕ ਚੀਜ਼ ਤੁਸੀਂ ਹੁਣ ਥੋੜ੍ਹੀ ਜਿਹੀ ਦੱਸਣ ਦੀ ਖੇਚਲ ਕਰਿਓ ਕਿ ਮੌਸਮ, ਕਿਉਂਕਿ ਜਿਹੜੇ ਲੋਕ ਪੰਜਾਬ 'ਚ ਬੈਠੇ ਨੇ ਜਾਂ ਸਪੇਨ ਤੋਂ ਬਾਹਰ ਬੈਠੇ ਆ, ਜਿਹਨਾਂ ਨੇ ਸਪੇਨ ਨਹੀਂ ਆਏ ਕਦੇ ਜਾਂ ਕਈ ਵਾਰੀ ਹੁੰਦਾ ਕਿ ਜ਼ਿਕਰ ਘੱਟ ਸੁਣਿਆ ਹੁੰਦਾ, ਸਾਰੇ ਸਾਲ ਦਾ ਜੇ ਆਪਾਂ ਵਿਕ ਸ਼ਹਿਰ ਦਾ ਜਾਂ ਸਪੇਨ ਦਾ ਮੌਸਮ ਦੇਖਣਾ ਹੋਵੇ ਤਾਂ ਕਿੱਦਾਂ ਦਾ ਰਹਿੰਦਾ? ਬਰਫ਼ ਕਿੰਨੀ ਕੁ ਹੁੰਦੀ ਆ, ਗਰਮੀ ਕਿੰਨੀ ਕੁ ਪੈਂਦੀ ਹੈ? ਜੀ, ਵਿਕ ਸ਼ਹਿਰ ਦਾ ਜਿਹੜਾ ਮੌਸਮ ਆ ਜੀ ਬਹੁਤ ਵਧੀਆ ਵਾ ਜੀ। ਜਿਸ ਤਰ੍ਹਾਂ ਵੀ ਆਪਣਾ ਬਾਰਸੀ ਰੋਜ਼ ਨਾਲੋਂ ਥੋੜ੍ਹਾ ਟੈਂਪਰੇਚਰ ਥੱਲੇ ਹੁੰਦਾ ਜੀ, ਠੀਕ ਹੈ, ਫਰਾਂਸ ਦਾ ਬਾਰਡਰ ਲਾਗੇ ਕਰਕੇ, ਫਰਾਂਸ ਦਾ ਹੋਣ ਕਰਕੇ, ਅਤੇ ਵਿਕ ਸ਼ਹਿਰ ਦੇ ਵਿੱਚ ਯਾਨੀ ਗਰਮੀ ਵੀ ਘੱਟ ਪੈਂਦੀ ਆ ਜੀ ਦੂਸਰੇ ਸ਼ਹਿਰਾਂ ਨਾਲੋਂ, ਅਤੇ ਠੰਡ ਵੀ ਯਾਨੀ ਥੋੜ੍ਹੀ ਜ਼ਿਆਦਾ ਹੁੰਦੀ ਹੈ, ਥੋੜ੍ਹੀ ਜ਼ਿਆਦਾ ਹੁੰਦੀ ਹੈ ਜੀ। ਬਰਫ਼ ਤਾਂ ਨਹੀਂ ਪੈਂਦੀ? ਨਹੀਂ, ਬਰਫ਼ ਪਹਿਲਾਂ ਅੱਜ ਤੋਂ ਕੋਈ 2015 ਦੇ ਵਿੱਚ ਪਈ ਸੀ, 16 ਦੇ ਵਿੱਚ, ਠੀਕ ਹੈ ਜੀ ਜੀ, ਉਸ ਤੋਂ ਬਾਅਦ ਸਨੋ ਨਹੀਂ ਹੋਈ, ਉਦੋਂ ਤਕਰੀਬਨ ਥੋੜ੍ਹੀ ਬਹੁਤੀ ਪੈ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਗਰੇ ਕਹਿ ਦਈਏ ਜਾਂ ਥੋੜ੍ਹੇ ਜ਼ਿਆਦਾ ਪੈ ਜਾਂਦੇ ਆ, ਪਰ ਸਨੋ ਨਹੀਂ ਹੋਈ, ਸਨੋ ਨਹੀਂ ਹੋਈ, ਹਾਂਜੀ 15 ਤੋਂ ਬਾਅਦ ਸਨੋ ਨਹੀਂ ਹੋਈ। ਸਾਡਾ ਭੁਲੇਖਾ ਦੂਰ ਕਰਿਓ ਇੱਕ ਜੀ, ਸਾਨੂੰ ਲੱਗਦਾ ਹੁੰਦਾ ਕਿ ਪੰਜਾਬੀ ਇੱਥੇ ਸੌਖੇ ਨੇ ਬਾਕੀ ਦੇਸ਼ਾਂ ਦੇ ਮੁਕਾਬਲੇ, ਥੋੜ੍ਹਾ ਜਿਹਾ ਕੰਮ ਕਾਰ ਪੱਖੋਂ, ਕਿ ਕਿਉਂਕਿ ਲੈਵਲ ਰਹਿਣ ਦਾ ਤਕਰੀਬਨ ਇੱਕੋ ਜਿਹਾ ਸਾਰਿਆਂ ਨੇ ਰੱਖਿਆ, ਕੋਈ ਬਹੁਤ ਸ਼ਾਨੋ ਸ਼ੌਕਤ ਦੇ ਵਿੱਚ ਨਹੀਂ ਪਏ, ਦੌੜਾਂ ਨਹੀਂ ਲੱਗੀਆਂ ਇੱਕ ਦੂਜੇ ਨੂੰ ਦਿਖਾ ਦਿਖਾ ਕੇ, ਸ਼ਨੀਵਾਰ ਐਤਵਾਰ ਘਰੇ ਵੀ ਰਹਿੰਦੇ, ਆਪਸ 'ਚ ਮਿਲਦੇ ਆ, ਕੀ ਇਹ ਗੱਲ ਸੱਚੀ ਆ ਕਿ ਸੌਖੇ ਨੇ ਪੰਜਾਬੀ, ਜ਼ਿੰਦਗੀ ਥੋੜ੍ਹੀ ਸੌਖੀ ਹੈ? ਜੀ, ਜਿੱਥੋਂ ਤੱਕ ਮੈਨੂੰ ਆਈਡੀਆ, ਮੈਂ ਬਾਹਰਲੇ, ਚਲੋ ਦੇਖ ਜਾ ਨਹੀਂ ਗਿਆ ਜੀ, ਪਰ ਇੰਨਾ ਸੁਣਿਆ ਵਾ ਵੀ ਬਾਹਰਲੇ ਦੇਸ਼ ਦੌੜ ਬਹੁਤ ਜ਼ਿਆਦਾ ਲੱਗੀ ਹੁੰਦੀ ਆ, 7 ਦੇ 7 ਦਿਨ ਹੀ ਕੰਮ ਆ, ਕਿਸੇ ਕੋਲ ਬਹਿਣ ਦਾ ਟਾਈਮ ਨਹੀਂ ਹੈਗਾ ਜੀ, ਅਤੇ ਸਾਡੇ ਤਾਂ ਇੱਥੇ ਵਾਹਿਗੁਰੂ ਦੀ ਇਸ ਤਰ੍ਹਾਂ ਕਿਰਪਾ, ਜੇ ਭਾਵੇਂ ਹੁਣ ਵੀ ਆ ਜਾਏ ਅਤੇ ਭਾਵੇਂ ਕੋਈ ਸ਼ਾਮਾਂ ਨੂੰ ਵੀ ਆ ਜਾਏ, 2 ਦਿਨ ਪੂਰੇ ਫ੍ਰੀ ਆ ਜੀ, ਕੋਲ 2 ਦਿਨ ਪੂਰੇ ਫ੍ਰੀ, ਹਾਂਜੀ, ਸ਼ਨੀ ਐਤਵਾਰ ਸਾਰੇ ਆਪਣੇ ਰਿਸ਼ਤੇਦਾਰ ਭੈਣ ਭਰਾ ਇੱਕ ਦੂਜੇ ਨੂੰ ਮਿਲਦੇ ਆ, ਯਾਰ ਦੋਸਤ ਮਿਲਦੇ ਆ ਜੀ, ਗੁਰੂ ਘਰ ਆਉਂਦੇ ਨੇ, ਰੌਣਕਾਂ ਲਾਉਂਦੇ ਨੇ ਜੀ, ਅਤੇ ਗੁਰੂ ਘਰ ਦੀ ਸੰਗਤ। ਬਿਲਕੁਲ ਠੀਕ ਹੈ, ਸ਼ੁਕਰੀਆ ਜੀ। ਹਾਂਜੀ ਭਾਅ ਜੀ ਕੀ ਹਾਲ ਚਾਲ ਨੇ ਜੀ, ਤੁਸੀਂ ਇੱਥੇ ਕਹੋ ਜੀ ਮੇਰੇ ਲਾਗੇ ਜਰਾ। ਪਿੰਡ ਠਰੂ ਜੀ, ਠਰੂ, ਠੀਕ ਹੈ ਜੀ। ਅੱਛਾ, ਠਰੂ ਪਿੰਡ ਤੋਂ
ਸਿੱਧੇ ਵਿਕ ਸ਼ਹਿਰ ਦੇ ਵਿੱਚ ਕਿੱਦਾਂ ਆ ਗਏ ਕਿ ਪਹਿਲਾਂ ਬਾਰਸੀਲੋਨਾ ਜਾਂ ਮੈਡ੍ਰਿਡ ਕਿਤੇ ਹੋਰ ਵੀ ਰਹੇ ਆ ਕੇ? ਪਹਿਲਾਂ ਮੈਂ ਇਸਟਰੀਆ ਰਿਹਾ ਜੀ 4 ਸਾਲ ਇਸਟਰੀਆ ਰਹੇ? ਹਾਂਜੀ ਠੀਕ ਹੈ ਜੀ। ਫਿਰ ਇੱਥੇ 2018 ਚ ਆਏ? ਠੀਕ ਹੈ ਜੀ ਠੀਕ ਹੈ ਜੀ। ਤੇ 2018 ਤੋਂ ਫਿਰ ਇੱਥੇ ਹੀ ਰਹਿ ਰਹੇ ਹਾਂ ਜੀ। 2018 ਤੋਂ ਇੱਥੇ ਰਹਿ ਰਹੇ? ਹਾਂਜੀ ਠੀਕ ਹੈ ਜੀ। ਤੇ ਗੁਰੂ ਘਰ ਦੇ ਵਿੱਚ ਸਾਰੇ ਸਾਲ ਦੇ ਵਿੱਚ ਜੇ ਆਪਾਂ ਦੇਖਣਾ ਵੀ ਗੁਰੂ ਘਰ ਰੋਜ਼ ਜਾਣੀ ਇੱਥੇ ਦਰਬਾਰ ਸਭ ਖੁੱਲਦੇ ਆ ਜਾਂ ਕਈ ਵਾਰੀ ਹੁੰਦਾ ਕਿ ਹਫ਼ਤੇ ਬਾਅਦ ਖੁੱਲਦੇ ਆ ਜਾਂ ਸੰਗਰਾਂਦ ਦੇ ਸੰਗਰਾਂਦ ਜਾਂ ਕੀ ਪ੍ਰਕਿਰਿਆ ਕੀ ਆ ਜੀ ਗੁਰੂ ਘਰ? ਵੇਖੋ ਇੱਥੇ ਰੋਜ਼ ਹੀ ਰੋਜ਼ ਹੀ ਸਵੇਰੇ ਸ਼ਾਮ? ਠੀਕ ਹੈ ਜੀ। ਸਵੇਰੇ ਰਹਿ ਰਸ ਹੋਊਗੀ, ਸਵੇਰੇ ਪ੍ਰਕਾਸ਼। ਇਹ ਨਹੀਂ ਵੀ ਐਤਵਾਰ ਖੁੱਲਣਾ ਜੀ, ਨਾ ਲਗਾਤਾਰ ਹੀ, ਲਗਾਤਾਰ ਸਾਰਾ ਸਾਰਾ ਹੀ। ਠੀਕ ਹੈ ਜੀ। ਤੇ ਬਾਕੀ ਜਿਹੜੇ ਦਿਨ ਸਮਾਗਮ ਹੁੰਦੇ ਗੁਰੂ ਸਾਹਿਬ ਦੇ ਉਹ ਮਨਾਏ ਜਾਂਦੇ ਆ? ਉਹ ਵੇਖੋ ਜੀ, ਗੁਰੂ ਸਾਹਿਬ ਦੇ ਸਾਲ ਦੇ ਵਿੱਚ 12 ਮਹੀਨੇ ਆ ਜੀ। ਅਸੀਂ ਇੱਕ ਪ੍ਰੋਗਰਾਮ ਜਿਹੜਾ ਵਾ ਹਰ ਮਹੀਨੇ ਗੁਰਦੁਆਰੇ ਸਾਹਿਬ ਵੱਲੋਂ ਰੱਖਿਆ ਆ। ਬਿਲਕੁਲ ਠੀਕ ਹੈ। ਜੇ ਕਿਸੇ ਨੇ ਕੋਈ ਖੁਸ਼ੀ ਦਾ ਅਖੰਡ ਪਾਠ ਸਾਹਿਬ ਬਾਬਾ ਜੀ ਦੀ ਬਰਸੀ ਮਨਾਉਣੀ ਜੀ, ਉਹਨੇ ਵੀ ਉਹ ਫਿਰ ਵਿੱਚ ਅਖੰਡ ਪਾਠ ਸਾਹਿਬ ਕਿਸੇ ਵੇਲੇ ਮਹੀਨੇ 'ਚ ਦੋ ਵੀ ਚੱਲ ਜਾਂਦੇ? ਮਹੀਨੇ 'ਚ ਦੋ ਵੀ ਚੱਲਦੇ? ਹਾਂਜੀ ਹਾਂਜੀ। ਤੇ ਬਾਕੀ ਬੜੀ ਗੁਰੂ ਦੀ ਕਿਰਪਾ, ਐਤਵਾਰ ਸ਼ਨੀਵਾਰ ਪ੍ਰੋਗਰਾਮ ਚੱਲਦੇ ਨਹੀਂ, ਚੱਲਦੇ ਰਹਿੰਦੇ ਨਹੀਂ। ਚਲੋ ਜਿਹੜੇ ਜਿਹੜੀ ਸੰਗਤ ਜਿਹੜਾ ਵਾ ਵੀ ਐਤਵਾਰ ਹਾਲ ਹਫ਼ਤੇ ਬਾਅਦ ਪੂਰਾ ਸੰਗਤ ਦਾ ਠਾਠਾ ਮਾਰਦਾ ਘੱਟ ਹੁੰਦਾ ਸੀ। ਅੱਛਾ, ਮਾਈਕ ਥੋੜਾ ਨੇੜੇ ਕਰੋ। ਹਾਂਜੀ। ਬਾਰਸੀਲੋਨਾ ਤੋਂ ਬੱਸ ਆਉਂਦੀ ਇੱਥੇ ਨੂੰ? ਜੇ ਆਮ ਬੰਦੇ ਦੇ ਕੋਲੇ ਕਾਰ ਨਹੀਂ ਹੈਗੀ ਤਾਂ ਕਿੱਦਾਂ ਆ ਸਕਦਾ? ਬੱਸ ਆਉਂਦੀ ਜੀ। ਬੱਸ ਆਉਂਦੀ? ਬੱਸ ਆਉਂਦੀ, ਟ੍ਰੇਨ ਆਉਂਦੀ ਫਿਰ? ਅੱਛਾ, ਟ੍ਰੇਨ ਵੀ ਆਉਂਦੀ? ਹਾਂਜੀ ਹਾਂਜੀ। ਠੀਕ ਹੈ ਜੀ। ਹਾਂਜੀ 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 ਹਾਂਜੀ। ਅੱਛਾ, ਅੱਧੇ ਘੰਟੇ ਬਾਅਦ ਟ੍ਰੇਨ ਚੱਲਦੀ? ਹਾਂਜੀ ਹਾਂਜੀ ਹਾਂਜੀ। ਚਲੋ ਠੀਕ ਹੈ। ਤੇ ਇੱਥੋਂ ਫਰਾਂਸ ਦਾ ਬਾਰਡਰ ਕਿੰਨੇ ਘੰਟੇ ਲੱਗਦੇ ਹੋਣਗੇ? ਫਰਾਂਸ ਦਾ ਬਾਰਡਰ ਤੇ ਇੱਥੋਂ ਕੁਝ ਇੱਕ ਘੰਟਾ ਲੱਗਦਾ ਜੀ। ਅੱਛਾ, ਇੱਕ ਵੀ ਇੱਕ ਦੋ ਘੰਟੇ? ਜਿੰਨਾ ਕੁ ਬਾਰਸੀਲੋਨਾ ਦੂਰ ਆ ਉਹਨਾਂ ਕੁ ਫਰਾਂਸ ਪਹੁੰਚ ਜਾਈਦਾ? ਚੋੜਾ ਮੈਂ ਇਹ ਉਸ ਤੋਂ ਬਾਰਸੀਲੋਨਾ ਤੋਂ ਸਗੋਂ ਇੱਥੋਂ ਟਾਈਮ ਲੱਗਦਾ ਵੇਖ ਆਉਂਦੇ ਆ, ਇੱਥੋਂ ਮੈਨੂੰ ਜਾਂ ਨੇੜੇ ਆ। ਅੱਛਾ ਹਾਂਜੀ, ਫਰਾਂਸ ਨੇੜੇ ਆ। ਜਾਨੀ ਕਹਿਣ ਦਾ ਭਾਵ ਜੇ ਕੋਈ ਸਮਾਨ ਲੈਣਾ ਹੋਵੇ ਜਾਂ ਫਰਾਂਸ ਤੋਂ ਫੜ ਕੇ ਲਿਆਓ? ਹਾਂ, ਫਰਾਂਸ ਤੋਂ ਫੜ ਕੇ ਲਿਆਓ, ਕੋਈ ਗੱਲ ਨਹੀਂ। ਹਾਂਜੀ ਹਾਂਜੀ ਹਾਂਜੀ। ₹2,20,000 ਅਗਲੀ ਜੂਨ ਨੂੰ 3 ਸਾਲਾਂ ਦੇ ਵਿੱਚ ਵੇਖੋ 2020 ਚ ਲਿਆ ਜੀ, ਤੇ 3 ਸਾਲਾਂ ਦੇ ਵਿੱਚ ਸਾਰਾ ਫ੍ਰੀ ਹੋ ਜਾਣਾ, ਫ੍ਰੀ ਹੋ ਅਗਲੇ 2024 ਦੇ ਵਿੱਚ। ਨਹੀਂ, ਬਹੁਤ ਮਿਹਰਬਾਨੀ ਜੀ। ਸੋ ਮੈਂ ਦੱਸਦੇ ਹਾਂ ਕਿ ਅਸੀਂ ਇਸ ਵੇਲੇ ਸਪੇਨ ਦੇ ਵਿਕ ਸ਼ਹਿਰ ਦੇ ਵਿੱਚ ਹਾਂ। ਜੇ ਤੁਸੀਂ ਬਾਰਸੀਲੋਨਾ ਨਕਸ਼ੇ ਦੇ ਉੱਤੇ ਦੇਖੋ ਤਾਂ ਉਧਰਲੇ ਪਾਸੇ ਫਰਾਂਸ ਵਾਲਾ ਬਾਰਡਰ ਦੇਖ ਲਓ, ਵਿਚਾਲੇ ਜਾਇਆ ਤੇ ਉਹਦੇ ਵਿਚਾਲੇ ਜੇ ਵਿਕ ਸ਼ਹਿਰ ਦੇ ਵਿੱਚ 3,000 ਦੇ ਕਰੀਬ ਪੰਜਾਬੀ ਨੇ। ਤੇ ਗਰਮੀਆਂ ਦਾ ਕੈਂਪ ਲੱਗਾ, ਮੈਂ ਮੁੜ ਕੇ ਤੁਹਾਡੇ ਕੋਲ ਆਉਣਾ ਜੀ ਇੱਕ ਵਾਰੀ, ਮਾੜਾ ਜਿਹਾ ਕੈਂਪ ਦੀ ਰੂਪ ਰੇਖਾ ਜੀ ਜਿਹੜੀ ਹੈ ਉਹ ਸਾਂਝੀ ਜ਼ਰੂਰ ਕਰੀਏ। ਇੱਧਰਲੇ ਪਾਸੇ ਬੱਚੇ ਮੈਨੂੰ ਲੱਗਦਾ ਕਿ ਉਮਰ ਦੇ ਲਿਹਾਜ਼ ਦੇ ਨਾਲ ਜਿਹੜੇ ਬੈਠੇ ਆ 3 ਗਰੁੱਪ ਨੇ, ਇੱਕ ਪਾਸੇ ਇੱਧਰ ਬੱਚੇ ਬੈਠੇ ਆ, ਦੂਸਰੇ ਪਾਸੇ ਉੱਧਰ ਵੀ ਵੱਡੀ ਉਮਰ ਦੇ ਬੱਚੇ ਨੇ ਉਹ ਵੀ ਬੈਠੇ ਹੋਏ ਆ, ਅਤੇ ਇੱਧਰਲੇ ਪਾਸੇ ਤੀਸਰਾ ਗਰੁੱਪ ਜਿਹੜਾ ਉਹ ਇੱਧਰਲੇ ਪਾਸੇ ਜਿਹੜਾ ਉਹ ਬੈਠਾ। ਸੋ ਵਿਕ ਦੇ ਗੁਰੂ ਘਰ ਦੇ ਵਿੱਚ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਇਸ ਵੇਲੇ ਬੱਚੇ ਜਿਹੜੇ ਆ ਉਹ ਪੰਜਾਬੀ ਸਿੱਖ ਦੇ ਲੱਗਦੇ ਆ। ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ ਭੈਣ ਜੀ ਤੁਸੀਂ? ਠੀਕ ਹੈ ਜੀ। ਇਹ ਬੱਚੇ ਪੰਜਾਬੀ ਸਿੱਖ ਰਹੇ ਜੀ ਇਸ ਲਈ? ਹਾਂਜੀ ਜੀ, ਗੁਰਮੁਖੀ ਦੀਆਂ ਕਲਾਸਾਂ ਲੱਗਦੀਆਂ। ਗੁਰਮੁਖੀ ਦੀਆਂ ਕਲਾਸਾਂ ਲੱਗਦੀਆਂ, ਇਹ ਗਰਮੀਆਂ ਦੀਆਂ ਛੁੱਟੀਆਂ ਚ? ਹਾਂਜੀ ਜੀ, ਗਰਮੀ ਦੀਆਂ ਛੁੱਟੀਆਂ। ਕਿੰਨੇ ਤੋਂ ਕਿੰਨੇ ਜੀ? ਜੇ 9 ਤੋਂ 3 ਵਜੇ ਤੱਕ। 5 ਘੰਟੇ? ਨੋ ਜੀ, ਵਿੱਚ ਦੀ ਖਾਣੇ ਦੀ ਵੀ ਬ੍ਰੇਕ ਤਾਂ ਹੁੰਦੀ ਆ 1 ਘੰਟੇ ਦੀ, ਫਿਰ ਪ੍ਰਸ਼ਾਦਾ ਪਾਣੀ ਬੱਚੇ ਸਿੱਖ ਲੈਂਦੇ ਆ। 11 ਤੋਂ 3 ਕਲਾਸ ਹੁੰਦੀ ਇਹਨਾਂ ਦੀ, ਕਈ ਬੱਚੇ ਪਹਿਲਾਂ ਵੀ ਆ ਜਾਂਦੇ ਪਾਠ ਕਰਨ ਲਈ। ਪਹਿਲਾਂ ਵੀ ਆ ਜਾਂਦੇ ਪਾਠ ਕਰਨ ਲਈ? ਠੀਕ ਆ ਜੀ। ਕਲਾਸਾਂ ਪੂਰੀ ਕਿੰਨੇ ਕੁ ਬੱਚੇ ਹੁੰਦੇ ਆ ਜੀ ਟੋਟਲ? ਜੀ ਇਹ ਇੱਕ ਆ ਸਾਡੇ ਗਰੁੱਪ ਦੇ ਵਿੱਚ 37 ਬੱਚੇ ਆ ਜੀ, ਛੋਟਿਆਂ ਦੇ ਵਿੱਚ ਵੀ 30 ਬੱਚੇ ਆ। ਠੀਕ ਆ ਜੀ। ਤੇ ਟੋਟਲ ਸਾਰੇ 110 ਬੱਚੇ ਆ। ਅੱਛਾ, 3,000 ਦੇ ਕਰੀਬ ਪੰਜਾਬੀ ਨੇ ਤੇ 110 ਬੱਚੇ ਪੰਜਾਬੀ ਸਿੱਖਦੇ ਆ?
ਦੋ ਅੱਖਰਾਂ ਦਾ ਜੋੜ ਹੁਣ ਇਹਨਾਂ ਤਿੰਨ ਅੱਖਰਾਂ ਦਾ ਜੋੜ, ਬਾਕੀ ਗੁਰੂ ਜੀ ਬਾਰੇ ਗਿਆਨ ਜਿਵੇਂ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਦਸਾਂ ਗੁਰੂਆਂ ਦੇ ਨਾਮ ਸਾਰਾ ਕੁਛ ਨਾਲ ਨਾਲ ਕਰਾਈ। ਹਾਂਜੀ ਜੀ, ਨਾਲ ਦੀ ਨਾਲ ਪੰਜ ਪੌੜੀਆਂ ਜਪਜੀ ਸਾਹਿਬ ਜੀ ਦੀਆਂ ਉਹ ਵੀ ਸਿੱਖ ਲਈਆਂ ਬੱਚਿਆਂ ਨੇ। ਹਾਂਜੀ ਚਲੋ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਜੀ। ਪੁੱਤ ਕੀ ਨਾਮ ਤੁਹਾਡਾ? ਪ੍ਰਭਜੋਤ ਕੌਰ। ਅੱਛਾ ਪ੍ਰਭਜੋਤ, ਊੜਾ ਜਿਹੜਾ ਆਪੇ ਲਿਖਿਆ? ਹਾਂਜੀ। ਅੱਛਾ, ਅਗਲਾ ਪੇਜ ਕੱਢੋ, ਅਗਲਾ ਸਫਾ ਕੱਢੋ। ਹਾਂਜੀ ਕੋਈ ਗੱਲ, ਇੱਥੇ ਊੜਾ ਲਿਖ ਕੇ ਦਿਖਾਓ ਮੈਨੂੰ, ਊੜਾ ਜਿਹੜਾ ਜਿੰਨਾ ਕਦ ਲਿਖ ਸਕਦੇ ਹੋ ਪੂਰਾ, ਜਿੰਨਾ ਕੁ ਵੀ ਦੋ ਦੋ ਲਾਈਨਾਂ ਲਿਖ ਦਿਓ। ਹਾਂ ਚੰਗੀ, ਆਰਾਮ ਨਾਲ, ਆਰਾਮ ਨਾਲ ਮੇਰਾ ਪੁੱਤ, ਜਿੱਦਾਂ ਲਿਖਦੇ ਹੋ। ਲੈ ਮੇਰਾ ਪੁੱਤ ਨੇ ਬਹੁਤ ਸੋਹਣਾ ਲਿਖਦਾ ਆ, ਇੱਥੇ ਆ ਕੇ ਸਿੱਖਿਆ? ਹਾਂਜੀ। ਠੀਕ ਹੈ ਜੀ, ਲਓ ਜੀ ਊੜਾ ਐੜਾ ਤੇ ਅੱਗੇ ਕੀ ਆ ਬੋਲ ਕੇ? ਊੜਾ ਐੜਾ ਈੜੀ। ਠੀਕ ਹੈ ਜੀ, ਸੱਸਾ ਹਾ ਹਾ, ਬਸ ਠੀਕ ਹੈ ਮੇਰਾ ਪੁੱਤ। ਇਧਰਲੇ ਪਾਸੇ ਸਾਰੇ ਬੱਚੇ ਇਹ ਊੜੇ ਅੜੇ ਨੂੰ ਮੈਨੂੰ ਲੱਗਦਾ ਕਿ ਤਕਰੀਬਨ ਮੁਕੰਮਲ ਕਰ ਹੀ ਗਏ ਆ ਜੀ। ਹੋਰ ਭੈਣ ਜੀ ਠੀਕ ਠਾਕ ਹੋ ਜੀ ਤੁਸੀਂ? ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸ਼ੁਭ ਨਾਮ ਕੀ ਜੀ? ਨਿਰਮਲ ਕੌਰ। ਅੱਛਾ ਭੈਣ ਜੀ, ਨਿਰਮਲ ਕੌਰ ਜੀ, ਬੱਚਿਆਂ ਨੂੰ ਸਾਹਮਣਾ ਔਖਾ ਜਿਹਾ ਤਾਂ ਨਹੀਂ ਲੱਗਦਾ ਕਿਉਂਕਿ 30 35 35 ਬੱਚੇ ਐਕਸਪੀਰੀਅੰਸ ਸੀ ਸਾਨੂੰ ਪਹਿਲੇ? ਅੱਛਾ ਪਹਿਲੇ ਸੀਗਾ, ਠੀਕ ਹੈ ਜੀ। ਹਾਂਜੀ, ਤੇ ਇਦਾਂ ਤਾਂ ਨਹੀਂ ਹੁੰਦਾ ਕਿ ਜਦੋਂ 10 ਕੁ ਮਹੀਨੇ ਬੱਚੇ ਫਿਰ ਨਹੀਂ ਆਉਂਦੇ ਗਰਮੀਆਂ ਦੀਆਂ ਛੁੱਟੀਆਂ ਜਾਂਦੇ, ਭੁੱਲ ਭਲਾ ਤਾਂ ਨਹੀਂ ਜਾਂਦੇ? ਨਹੀਂ ਨਹੀਂ, ਇੰਟਰਸਟ ਰੱਖਦੇ ਆ, ਥੋੜਾ ਇੰਟਰਸਟ ਰੱਖਦੇ ਆ। ਅੱਛਾ ਚਲੋ ਠੀਕ ਹੈ ਜੀ, ਚਲੋ ਬਹੁਤ ਮਿਹਰਬਾਨੀ, ਗਰੀਬ ਕਰ ਹੀ ਲੈਂਦੇ ਆ, ਕਰ ਹੀ ਲੈਂਦੇ ਆ। ਠੀਕ ਹੈ ਜੀ, ਪੁੱਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਮੇਰੇ ਪੁੱਤ ਦਾ? ਮੇਰਾ ਨਾਮ ਅਵਨੀਤ। ਅੱਛਾ ਅਵਨੀਤ, ਰੋਜ਼ ਆਉਂਦੇ ਹੋ ਕੈਂਪ 'ਚ? ਹਾਂਜੀ। ਕੌਣ ਛੱਡ ਕੇ ਜਾਂਦਾ, ਮੰਮੀ ਕਿ ਡੈਡੀ? ਅਸੀਂ, ਮੇਰਾ ਭਰਾ, ਮੇਰਾ ਭਰਾ, ਅਸੀਂ ਦੋਨੋਂ ਇਕੱਲੇ ਆਉਂਦੇ ਹਾਂ। ਭਰਾ ਕਿੱਥੇ ਆ? ਆ ਮੇਰਾ ਭਰਾ। ਭਾਜੀ ਕੀ ਹਾਲ ਨੇ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਨਾਮ ਤੁਹਾਡਾ? ਸਾਡਾ ਨਾਮ ਕ੍ਰਿਸ਼ਦੀਪ। ਅੱਛਾ, ਤੇ ਊੜਾ ਡਾ ਲਿਖ ਲੈਨੇ ਹੋ ਆਪੇ? ਹਾਂਜੀ। ਪੜ੍ਹ ਕੇ ਸੁਣਾਓ। ਊੜਾ ਡਾ ਨਹੀਂ ਆਉਂਦਾ ਪੜ੍ਹਨਾ? ਥੋੜਾ ਬਹੁਤ ਜਿੰਨਾ ਆਉਂਦਾ ਯਾਰ, ਪੰਜ ਪਹਿਲਾਂ ਇੱਕ ਦੋ ਲਾਈਨ ਪੜ੍ਹਦੇ ਅੱਖਰ। ਊੜਾ, ਹਾਂ, ਐੜਾ, ਹਾਂ, ਈੜੀ, ਹਾਂ, ਸੱਸਾ, ਹਾਂ, ਆਹਾ, ਬਸ ਇਹ ਗੱਲ ਪਾਸ ਹੋ ਗਿਆ। ਠੀਕ ਹੈ ਜੀ, ਲਓ ਜੀ, ਸੋ ਇਹ ਬੜੇ ਖੂਬਸੂਰਤ ਬੱਚੇ ਜਿਹੜੇ ਆ ਉਹ ਇਸ ਵੇਲੇ ਤੁਹਾਡੇ ਸਾਹਮਣੇ ਵਿਕਦੇ ਗੁਰੂ ਘਰ ਦੇ ਵਿੱਚ, ਹੌਲੀ ਹੌਲੀ ਕਰਕੇ ਊੜੇ ਨੂੰ ਵਿੰਗਾ ਟੇਢਾ ਕਰਦੇ ਕਰਦੇ ਜਿਹੜਾ ਉਹ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ ਜੀ? ਸਤਿ ਸ਼੍ਰੀ ਅਕਾਲ ਭੈਣ ਜੀ, ਇਹ ਮੈਨੂੰ ਦੱਸਿਓ ਕਿ ਜਦੋਂ ਨਿਆਣੇ ਨੂੰ ਸ਼ੁਰੂ 'ਚ ਸਿਖਾਉਣਾ ਹੁੰਦਾ ਸਭ ਤੋਂ ਔਖਾ ਉਹ ਹੁੰਦਾ, ਕਿਉਂਕਿ ਨਿਆਣੇ ਨੇ ਵਿੰਗਾ ਟੇਢਾ ਵੀ ਲਿਖਣਾ, ਨਿਆਣੇ ਚੇਤਾ ਭੁੱਲ ਜਾਣਾ, ਖਿੱਚੀ ਤਾਂ ਨਹੀਂ ਆਉਂਦੀ? ਨਹੀਂ ਨਹੀਂ ਨਹੀਂ। ਅੱਛਾ ਜੀ, ਨਹੀਂ ਆਉਂਦੀ, ਬਹੁਤ ਬੱਚਿਆਂ ਨੂੰ ਉਹਦਾ ਬਹੁਤ ਔਖਾ ਹੁੰਦਾ, ਔਖਾ ਹੁੰਦਾ ਨਾ? ਹਾਂਜੀ, ਐੜਾ ਸਭ ਤੋਂ ਔਖਾ, ਐੜਾ ਸਭ ਤੋਂ ਔਖਾ, ਬਹੁਤ ਘੱਟ ਬੱਚੇ ਆ ਜਿਹਨਾਂ ਨੂੰ ਐੜਾ ਸਹੀ ਪਾਉਣਾ ਹੁੰਦਾ। ਠੀਕ ਹੈ ਜੀ, ਬਾਕੀ ਤਕਰੀਬਨ ਲਿਖੀ ਜਾਂਦੇ ਆ ਸਾਰੇ, ਲਿਖੀ ਜਾਂਦੇ ਜਿਹੜੇ ਛੋਟੇ 4-4 ਸਾਲ ਵਾਲੇ ਬੱਚੇ ਆ। ਹਾਂਜੀ, 2-3 ਲਾਈਨਾਂ ਤਾਂ ਹੁਣ ਜਿੱਦਾਂ ਦੇਖੋ ਬੱਚਾ ਮੂੰਹ ਜਿਹਾ ਨਹੀਂ ਲਿਖ ਰਿਹਾ, 5 ਸਾਲ ਦਾ ਆ। ਅੱਛਾ, ਇਹਨਾਂ ਨੂੰ ਦੱਸਣ ਦੀ ਲੋੜ ਨਹੀਂ, ਹੁਣੇ ਲਿਖੀ ਜਾਂਦੇ ਆ, ਜਿੱਦਾਂ ਮਹੀਨਾ ਹੋ ਗਿਆ ਕਲਾਸਾਂ ਲਾਉਂਦੇ ਆ ਨਾ। ਠੀਕ ਹੈ ਜੀ, ਫਿਰ ਤੋਂ ਬਾਅਦ ਫਿਰ ਹੁਣ ਆਪੇ ਹੀ ਲਿਖਦੇ ਆ, ਹਨਾ, ਆਪੇ ਲਿਖਦੇ ਆ। ਠੀਕ ਹੈ ਜੀ, ਤੇ ਇਹਨਾਂ ਨੂੰ ਛੱਡ ਕੇ ਕੌਣ ਜਾਂਦਾ ਜੀ ਘਰਾਂ ਦੇ ਵਿੱਚੋਂ? ਨਹੀਂ, ਇਹਨਾਂ ਦੇ ਪਰਿਵਾਰ ਦੇ ਮੈਂਬਰ, ਮੰਮੀ ਡੈਡੀ ਜਿਹੜੇ ਉਹ ਛੱਡ ਜਾਂਦੇ ਆ? ਜਿੱਦਾਂ ਮੇਰੇ ਬੱਚੇ ਮੇਰੇ ਤੋਂ ਬਿਨਾਂ ਆਉਂਦੇ ਨਹੀਂ। ਅੱਛਾ ਜੀ, ਮੈਂ ਵੀ ਆਉਂਦੀ ਆ। ਨਾਲ ਬਾਕੀਆਂ ਨੂੰ ਪੜਾਉਨੇ ਕਿ ਆਪਣੇ ਨੂੰ ਪੜਾਉਨੇ? ਨਹੀਂ, ਸਾਰਿਆਂ ਨੂੰ ਪੜਾਉਂਦੇ। ਹਾਂਜੀ ਹਾਂਜੀ, ਸਾਰਿਆਂ ਨੂੰ ਪੜਾ, ਜਿੰਨੇ ਕਾ ਜਾਂਦੇ ਕੋਲ ਛੋਟੇ ਛੋਟੇ। ਠੀਕ ਹੈ ਜੀ, ਉਧਰ ਭੈਣ ਜੀ ਹੁਣੀ ਲਾਉਂਦੇ ਆ ਕਲਾਸਾਂ। ਚਲੋ ਵਧੀਆ, ਨਾਲੇ ਵਧੀਆ ਸਮਾਂ ਨਿਕਲਦਾ। ਹਾਂਜੀ, ਬਹੁਤ ਵਧੀਆ। ਠੀਕ ਹੈ ਜੀ, ਹੋਰ ਵਿੱਕ ਦੇ ਵਿੱਚ ਜਿਹੜੀਆਂ ਬਾਕੀ ਪੰਜਾਬੀ ਬੀਬੀਆਂ, ਬਹੁਤਿਆਂ ਨਾਲ ਤਾਲਮੇਲ ਹੈਗਾ, ਇਕੱਠੇ ਕੁੱਠ ਹੋ ਜਾਂਦੇ ਗੁਰਦੁਆਰੇ? ਵਾਧੂ ਵਾਧੂ, ਠੀਕ ਹੈ ਜੀ। ਸੋ ਇਹ ਬੜੇ ਛੋਟੇ ਬੱਚੇ ਨੇ, ਛੋਟੀ ਉਮਰ ਦੇ ਬੱਚੇ ਨੇ, ਤੇ ਇਹ ਦੇਖੋ ਕਦੀ ਅਸੀਂ ਵੀ ਇੱਦਾਂ ਲਿਖਦੇ ਹੁੰਦੇ ਸੀ ਕਦੇ, ਫਿਰ ਸਾਨੂੰ ਸਹੀ ਲਿਖਣਾ ਆ ਗਿਆ, ਫਿਰ ਵਧੀਆ ਲਿਖਣ ਲੱਗ ਪਏ। ਠੀਕ ਹੈ ਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ ਜੀ? ਸਤਿ ਸ਼੍ਰੀ ਅਕਾਲ ਭਾਜੀ, ਕੀ ਸ਼ੁਭ ਨਾਮ ਤੁਹਾਡਾ ਜੀ? ਜਸਲੀਨ ਕੌਰ। ਅੱਛਾ ਜਸਲੀਨ ਕੌਰ ਜੀ,
ਇਹ ਜਿਹੜੇ ਸਾਰੇ ਬੱਚੇ ਨੇ ਕਿਉਂਕਿ ਕੋਈ ਵੱਡੀ ਉਮਰ ਦਾ ਕੋਈ ਥੋੜੇ ਛੋਟੇ ਬੱਚੇ ਲੱਗਦੇ ਆ ਇਹ ਅਜੇ ਹੈਗੇ ਸਟਾਰਟਿੰਗ ਪੱਧਰ ਤੇ ਉੜੇ ਆੜੇ ਵਾਲੇ ਤੇ ਹਾਂਜੀ ਇਹ ਬੇਸਿਕ ਜਿਹਦਾ 3 ਸਾਲ ਦੇ ਹਾਂਜੀ ਬੇਟੇ ਸਤਿ ਸ਼੍ਰੀ ਅਕਾਲ ਤੇ ਸਟਾਰਟਿੰਗ ਹੈ ਇਹਨਾਂ ਦੀ ਨਾ ਵਿੱਚ 3 ਤੋਂ 4 ਜਿਹਦਾ ਪਹਿਲੇ ਸਾਲ ਅਜੇ ਸਕੂਲ ਜਾ ਰਹੇ ਆ ਜੀ ਤੇ ਅਜੇ ਤੇ ਇਹਨਾਂ ਨੂੰ ਪੈਨਸਲ ਵੀ ਨਹੀਂ ਸੀ ਪੜ੍ਹਨੀ ਆਉਂਦੀ ਕੁਛ ਵੀ ਹੈ ਜੀ ਤੇ ਹੁਣ ਮੂਲ ਮੰਤਰ 4 ਸਾਹਿਬਜ਼ਾਦਿਆਂ ਦਾ ਮਹੀਨਾ ਹੋ ਗਿਆ ਬੱਚੇ ਬੋਲਣ ਲੱਗ ਪਏ ਆ ਘਰ ਵੀ ਪੇਰੈਂਟਸ ਵੀ ਨੋਟ ਕਰਦੇ ਪਏ ਕਿ ਬੱਚੇ ਲਿਖਦੇ ਪਏ ਆ ਸਾਰਾ ਕੁਝ ਨਾ ਬਿਲਕੁਲ ਠੀਕ ਹੈ ਹਾਂਜੀ ਚਲੋ ਸ਼ੁਕਰੀਆ ਜੀ ਥੋੜਾ ਸਭ ਤੁਹਾਨੂੰ ਪਤਾ ਕਿ ਹਜੇ ਇਹਨਾਂ ਨੂੰ ਤੇ ਬੈਠਣਾ ਵੀ ਨਹੀਂ ਆਉਂਦਾ ਹਾਂਜੀ ਹਾਂਜੀ ਨਹੀਂ ਬਿਲਕੁਲ ਠੀਕ ਹੈ ਜੀ ਆ ਦੇਖੋ ਬੱਚਿਆਂ ਨੇ ਬਹੁਤ ਸੋਹਣਾ ਹੁਣ ਆਪਣੇ ਆਪ ਦੋ ਲਾਈਨਾਂ ਦੇਖੋ ਕਵਰ ਕਰ ਰਹੇ ਚਾਹੇ ਕਵਰ ਕਰ ਰਹੇ ਹਾਂਜੀ ਅੱਛਾ ਆਪ ਹੀ ਲਿਖਿਆ ਇਹਨਾਂ ਨੇ ਸਾਰਾ ਹਾਂਜੀ ਹਾਂਜੀ ਠੀਕ ਹੈ ਜੀ ਇਹਨੇ ਸ਼ੁਰੂ ਹੋ ਗਿਆ ਜੀ ਹਾਂਜੀ ਸ਼ੁਰੂ ਹੋ ਗਏ ਚੱਲ ਪਏ ਨੇ ਤੁਸੀਂ ਬੱਚੇ ਲੈ ਕੇ ਆਏ ਜੀ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬੱਚੇ ਇਹਨੂੰ ਧੱਕੇ ਨਾਲ ਲਿਆਉਣਾ ਪੈਂਦਾ ਕਿ ਸ਼ੌਕ ਨਾਲ ਆਉਂਦੇ ਨਹੀਂ ਬੱਚੇ ਸਾਡੇ ਸ਼ੌਕ ਨਾਲ ਆਉਂਦੇ ਆਪੇ ਸ਼ੌਕ ਨਾਲ ਆ ਜਾਂਦੇ ਵੀ ਅਸੀਂ ਜਾਣਾ ਆ ਨਹੀਂ ਨਹੀਂ ਪੜਨ ਆਉਂਦੇ ਸ਼ੌਕ ਨਾਲ ਪੜਨ ਆਉਂਦੇ ਸ਼ੌਕ ਨਾਲ ਬੱਚੇ ਆਉਂਦੇ ਸਾਡੇ ਅੱਛਾ ਤੇ ਜਦੋਂ ਫੇ ਕਰਮੀਆਂ ਦਾ ਕੈਂਪ ਖਤਮ ਹੋ ਜਾਣਾ ਫੇ ਘਰ ਜਾ ਕੇ ਪੜਾਉਂਦੇ ਰਹੋਗੇ ਨਾ ਮਾੜਾ ਮੋਟਾ ਉਡਾੜਾ ਲਿਖਾਉਂਦੇ ਰਹੋਗੇ ਹਾਂਜੀ ਦੂਜਾ ਸਕੂਲ ਜਾਂਦੇ ਪਿਆ ਠੀਕ ਹੈ ਜੀ ਹਾਂਜੀ ਤੇ ਉਹਦਾ ਮੈਂ ਕਿਹਾ ਚੇਤਾ ਨਾ ਭੁੱਲ ਜਵੇ ਮੁੜ ਕੇ 8 ਤੋਂ 7 ਨਹੀਂ ਨਹੀਂ ਪਾਠ ਕਰਦੇ ਨੇ ਘਰ ਇੱਕ ਕੰਮ ਕਰਦਾ ਠੀਕ ਹੈ ਜੀ ਚਾਹ ਸਾਹਿਬ ਜਾਂਦਾ ਨਾ ਚਲੋ ਫਿਰ ਤਾਂ ਬੱਚੇ ਕਰਦੇ ਆ ਚਲੋ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਹਾਂਜੀ ਸਰ ਅੱਛਾ ਕਿੱਦਾਂ ਹਾਲ ਆ ਕੀ ਨਾਮ ਮੇਰੇ ਪੁੱਤ ਦਾ ਕਰਮਪ੍ਰੀਤ ਸਿੰਘ ਅੱਛਾ ਪੰਜਾਬ ਗਏ ਹੋ ਕਦੀ ਗਿਆ ਕਿੱਥੇ ਜਾਂਦੇ ਹੋ ਨੇ ਪੰਜਾਬ ਪਿੰਡ ਹਾਂ ਕਿਹੜਾ ਪਿੰਡ ਆ ਤੁਹਾਡਾ ਇੰਡੀਆ ਇੰਡੀਆ ਨਹੀਂ ਪਿੰਡ ਦਾ ਨਾਂ ਨਹੀਂ ਪਤਾ ਨਾ ਪਿੰਡ ਉੱਥੇ ਕਿਤੇ ਮੱਝਾਂ ਦੇਖੀਆਂ ਉੱਥੇ ਕਦੀ ਹਾਂ ਦੇਖੀ ਨੇ ਦੇਖੀਆਂ ਛੱਪੜ ਵੀ ਦੇਖਿਆ ਪਿੰਡ ਦਾ ਹਾਂ ਠੀਕ ਹੈ ਤੇ ਗੱਡੇ ਤੇ ਬੈਠਾ ਕਦੀ ਬੈਠਾ ਵਾ ਠੀਕ ਹੈ ਮੇਰੇ ਪੁੱਤ ਕੀ ਨਾਂ ਤੁਹਾਡਾ ਕਾਕੂਨ ਓਕੇ ਸੁਣਾ ਦਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਹੁਤ ਵਧੀਆ ਹਾਂਜੀ ਹਾਂਜੀ ਕਿੱਦਾਂ ਜੀ ਠੀਕ ਕੀ ਸ਼ੁਭ ਨਾਮ ਤੁਹਾਡਾ ਨਾਮ ਮਲਕੀਰਤ ਕੀ ਸੁਣਾਓਗੇ ਸਾਨੂੰ ਉੜਾੜਾ ਆਉਂਦਾ ਮੇਰੇ ਹੱਥ ਨੂੰ ਥੋੜਾ ਜਿਹਾ ਮੈਂ ਸੁਣਾਉਂਗੀ ਮੈਂ ਕਿਹਦੇ ਪਿੰਡ ਤੇ ਰਹਿੰਦੀ ਹਾਂ ਦੱਸੋ ਸੁਣਾਓ ਮੈਂ ਆਪਣੀ ਭੂਈ ਨਾਲ ਰਹਿੰਦੀ ਤੇ ਮੈਂ ਮੇਰਾ ਪਿੰਡ ਆ ਕਾਲਾ ਬੱਕਰਾ ਕਾਲਾ ਬੱਕਰਾ ਤੂੰ ਤਾਂ ਮੇਰੀ ਗਵਾਂਢੀ ਹੈ ਬੁੱਤ ਮੇਰਾ ਪਿੰਡ ਵੀ ਕਾਲੇ ਬੱਕਰੇ ਦੇ ਲੱਗੇ ਆ ਮੈਂ ਕਾਲੇ ਬੱਕਰੇ ਗਏ ਕਦੀ ਆ ਤੁਸੀਂ ਇੱਕ ਦਿਨ ਲਈ ਗਏ ਇੱਕ ਦਿਨ ਲਈ ਗਏ ਸੀ ਅਸੀਂ ਮੈਂ ਦੁਬਾਰਾ ਫੇਰ ਜਾਣਾ ਚਾਹੁੰਦੀ ਆਪਣੇ ਤੂੰ ਫੇਰ ਜਾਣਾ ਚਾਹੁੰਦਾ ਆ ਆਪਣੇ ਪਿੰਡ ਕਾਲੇ ਬੱਕਰੇ ਜੋ ਤੂੰ ਕਾਲੇ ਬੱਕਰੇ ਆ ਫਿਰ ਮੈਨੂੰ ਮਿਲਣ ਆਈ ਉੱਥੇ ਮੇਰਾ ਪਿੰਡ ਵੀ ਲੱਗ ਗਈ ਆ ਠੀਕ ਆ ਕਿੱਥੇ ਮੈਂ ਕਾਲੇ ਬੱਕਰੇ ਦੇ ਨੇੜੇ ਹੀ ਆ 2 ਮਿੰਟ ਲੱਗਦੇ ਆ ਠੀਕ ਆ ਗੱਡੀ 'ਚ ਗੱਡੀ 'ਚ ਹਾਂ ਤੇਰਾ ਜੀ ਕਰਦਾ ਉੱਥੇ ਜਾਣ ਨੂੰ ਨਹੀਂ ਮੈਂ ਆਪਣੀ ਭੂਈ ਕੋ ਜਾਣਾ ਚਾਹੁੰਦੀ ਭੂਈ ਕੋ ਜਾਣਾ ਚਾਹੁੰਦੀ ਆ ਚਲੋ ਠੀਕ ਆ ਮੈਂ ਉੱਥੇ ਮੇਰੀ ਭੂਈ ਮੇਰਾ ਫੁੱਫੜ ਇੱਥੇ ਆ ਜਾਣਾ ਹੈ ਫੁੱਫੜ ਇੱਥੇ ਆ ਜਾਣਾ ਚਲ ਠੀਕ ਹੈ ਤਾਂ ਮੈਂ ਹਾਂਜੀ ਬੋਲੋ ਇੱਕ ਅੰਕਾਰ ਸੱਤ ਨਾ ਬੋਲੋ ਬੇਟੇ ਕਰਤਾ ਪਰ ਮੇਰ ਪੋ ਮੇਰ ਵੇ ਕਾਲ ਮੁਰਤ ਜੁਨੀ ਸਬਰ ਗੁਰਪਤ ਸਰ ਜਪ ਆ ਸੱਚ ਵਾ ਸੱਚ ਹੈਪੀ ਸੱਚ ਨਾਨਕ ਸਿਪੀ ਸੱਚ ਵੈਰੀ ਗੁੱਡ ਬੈਠੋ ਮੇਰਾ ਪੁੱਤ ਆ ਗਿਆ ਤੇਰੇ ਵੱਲ ਵੀ ਆਉਣਾ ਕੀ ਨਾਮ ਪੁੱਤ ਉਚੇਤਜੀਤ ਸਿੰਘ ਠੀਕ ਹੈ ਜੀ ਕੀ ਸੁਣਾਓਗੇ ਮੋਮਸਟਰ ਸੁਣਾਓ
ਇੱਕ ਓਂਕਾਰ ਸਤਿਨਾਮ ਗੁਰਦਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਵਕ ਗੁਰ ਪ੍ਰਸਾਦ ਜਪ ਆ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਬਹੁਤ ਵਧੀਆ, ਕਿੱਦਾਂ ਹਾਲ ਜੀ, ਸੁਣਾਓ ਕੀ ਸੁਣਾਓਗੇ? ਤੁਹਾਨੂੰ ਇੱਕ ਦੋ ਆਉਂਦਾ ਜੀ ਥੋੜਾ ਜਿਹਾ? ਇੱਕ ਦੋ ਤਿੰਨ, ਜਿੰਨਾ ਕੁ ਆਉਂਦਾ ਸੁਣਾਓ। ਇੱਕ ਦੋ ਤਿੰਨ ਚਾਰ ਪੰਜ ਛੇ। ਠੀਕ ਹੈ ਮੇਰਾ ਪੁੱਤ, ਸਤਿ ਸ੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਕਿਰਤਪ੍ਰੀਤ ਕੌਰ। ਅੱਛਾ ਜੀ, ਇਹ ਪੜੋ ਤਾਂ ਕੀ ਲਿਖਿਆ? 10 ਪੰਛੀਆਂ ਦੇ ਨਾਮ, ਚਿੜੀ, ਕਾਂ, ਕਬੂਤਰ, ਮੋਰ, ਤੋਤਾ, ਕੋਇਲ, ਬਾਜ। ਠੀਕ ਹੈ ਜੀ, ਤੁਹਾਡਾ ਕੀ ਨਾਂ ਜੀ? ਅਰਸ਼ਦੀਪ ਕੌਰ। ਪੰਜਾਬ ਗਏ ਹੋ ਕਦੀ? ਹਾਂਜੀ। ਤੇ ਕਿਹੜੇ ਇਲਾਕੇ ਜਾਂਦੇ ਹੁੰਨੇ ਆ? ਪੰਜਾਬ ਕਿੱਥੇ ਪਿੰਡ ਜਾਂਦੇ ਹੁੰਨੇ ਆ? ਹਾਂਜੀ। ਠੀਕ ਹੈ ਜੀ, ਜੀ ਲੱਗਦਾ ਉੱਥੇ? ਹਾਂਜੀ। ਚੰਗਾ ਆ, ਪੰਜਾਬ ਸੋਹਣਾ ਲੱਗਦਾ? ਹਾਂਜੀ। ਅੱਛਾ ਠੀਕ ਹੈ, ਚਲੋ। ਅੱਛਾ ਇਹ ਕੀ ਲਿਖਿਆ ਜੀ? ਮੋਰਨੀ। ਸ਼ੁਕਰੀਆ ਭਾਜੀ, ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਵਾਹਿਗੁਰੂ ਜੀ ਦੀ ਕਿਰਪਾ, ਮਾਲਕ ਦੀ ਚੜ੍ਹਤ। ਠੀਕ ਠਾਕ ਹੋ? ਹਾਂਜੀ, ਕਿਰਪਾ। ਬੱਚੇ ਚੰਗਾ ਸਿੱਖਣਾ ਚਾਹੁੰਦੇ ਆ? ਬਹੁਤ ਵਧੀਆ ਜੀ ਮਹਾਰਾਜ ਦੀ ਕਿਰਪਾ ਦੇ ਨਾਲ। ਹਾਂਜੀ, ਬੱਚਿਆਂ ਦੀ ਬਹੁਤ ਵਧੀਆ ਕਲਾਸਾਂ ਚੱਲ ਰਹੀਆਂ ਸਾਡੀ ਕਮੇਟੀ ਦੇ ਸਹਿਯੋਗ ਦੇ ਨਾਲ ਜੀ। ਹਾਂਜੀ, ਸਾਡੇ ਪ੍ਰਧਾਨ ਪਰਮਜੀਤ ਸਿੰਘ ਜੀ ਜੀ, ਸਾਡੇ ਸੈਕਟਰੀ ਸਾਹਿਬ ਸਾਰ ਸਿੰਘ ਮੱਲੀ ਸਾਹਿਬ ਜੀ, ਤੇ ਹੋਰ ਗੁਰਮੇਲ ਸਿੰਘ ਭਾਜੀ, ਸੁਖਵਿੰਦਰ ਸਿੰਘ ਜੀ, ਸਾਰੇ ਵਧੀਆ, ਸਾਰੇ ਵਧੀਆ, ਸਾਰੀ ਕਮੇਟੀ ਦੇ ਸਹਿਯੋਗ ਦੇ ਨਾਲ ਕੰਮ ਵੀ ਵਧੀਆ ਕਰ ਰਹੇ। ਬੱਚਿਆਂ ਦੀਆਂ ਕਲਾਸਾਂ ਜਿਹੜੀਆਂ ਚੱਲ ਰਹੀਆਂ ਭਾਜੀ ਜੀ, ਬਹੁਤ ਮਹਾਰਾਜ ਦੀ ਕਿਰਪਾ ਆ। ਕਿਰਪਾ, ਚੌਂ ਗਰੁੱਪਾਂ ਦੇ ਵਿੱਚ ਬੱਚਿਆਂ ਨੂੰ ਵੰਡਿਆ ਹੋਇਆ ਜੀ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਜੁਝਾਰ ਸਿੰਘ ਸਭ ਤੋਂ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਵਾਲੇ ਜੀ ਜੀ, ਸਭ ਤੋਂ ਛੋਟੇ ਜਿਹੜੇ ਆ ਉਹ ਸਾਹਿਬਜ਼ਾਦਾ ਫਤਿਹ ਸਿੰਘ ਜੀ ਗਰੁੱਪ ਦੇ ਵਿੱਚ ਆ। ਉਸ 1.5 ਸਾਲ ਤੋਂ ਲੈ ਕਰਕੇ 17 ਸਾਲ ਤੱਕ ਬੱਚੇ ਆ ਰਹੇ ਜੀ, ਪੰਜਾਬੀ ਸਿੱਖਣ ਦੇ, ਪੰਜਾਬੀ ਸਿੱਖਣ ਤੇ ਗੁਰਸਿੱਖੀ ਦੀਆਂ ਕਲਾਸਾਂ ਲਾਉਣ। ਨਹੀਂ ਬਹੁਤ ਇਸ ਟਾਈਮ ਜਿਹੜੇ ਵੱਡੀ ਕਲਾਸ ਦੇ ਬੱਚੇ ਆ ਉਹਨਾਂ ਨੂੰ ਤਕਰੀਬਨ 2-2 3-3 ਬਾਣੀਆਂ ਕੰਠ ਕਰ ਲਈਆਂ, ਕੰਠ ਕਰ ਲਈਆਂ। ਤੇ ਜਿਹੜੇ ਛੋਟੇ ਬੱਚੇ ਆ ਇਹਨਾਂ ਨੇ ਜਪਜੀ ਸਾਹਿਬ ਦੀਆਂ ਤੇ ਨਾਲ ਹੋਰ ਸਿੱਖ ਇਤਿਹਾਸ ਬਾਰੇ ਚੌਪੇ ਸਾਹਿਬ ਤਕਰੀਬਨ ਥੋੜੇ ਥੋੜੇ ਬੱਚਿਆਂ ਨੂੰ ਕੰਠ ਹੋ ਗਿਆ, ਕੰਠ ਹੋ ਗਿਆ। ਨਹੀਂ ਹਾਂਜੀ, ਪ੍ਰਧਾਨ ਜੀ ਬੱਚੇ ਨੂੰ ਆਵਾਜ਼ ਮਾਰਿਓ ਜੀ, ਜਿਹੜਾ ਵੀ ਬੱਚਾ ਤਕਰੀਬਨ ਹਰ ਸ਼ਬਦ ਬੋਲਦੀ ਹੁੰਦੀ ਹਰ ਤੇ ਇਹਨਾਂ ਨੂੰ ਸਾਰਿਆਂ ਨੂੰ ਤਕਰੀਬਨ ਦਾ ਆਉਂਦਾ ਆ। ਠੀਕ ਹੈ ਜੀ, ਹਾਂਜੀ। ਤੇ ਕੁਛ ਕੁ ਬੱਚੇ ਅੱਜ ਹੈਗੇ ਆ ਜਿਹੜੇ ਕਤਲਾਨ ਦੀਆਂ ਤੇ ਸਪੈਨਿਸ਼ ਦੀਆਂ ਕਲਾਸਾਂ ਲਾਉਣ ਗਏ, ਉਹਨਾਂ ਦੀਆਂ ਐਕਸਟਰਾ ਕਲਾਸਾਂ ਲੱਗਦੀਆਂ। ਠੀਕ ਹੈ ਜੀ, ਉਹ ਉੱਧਰ ਗਏ ਹੋਏ ਆ, ਉੱਧਰ ਗਏ। ਹਾਂਜੀ, ਇਹ ਬੱਚੇ ਆਪਣੇ ਬੱਚੇ ਭੈਣ ਭਰਾ ਨੇ। ਅੱਛਾ ਜੀ, ਪੁੱਤ ਕੋਈ ਕੋਈ ਇੱਕ ਸ਼ਬਦ ਥੋੜਾ ਜਿਹਾ ਸੁਣਾ ਸਕਦੇ ਹੋ? ਯਾਦ ਨਹੀਂ ਗਾ, ਬੜੀ ਔਖੀ ਨਾਲ ਯਾਦ ਕਰਦੇ ਹੁੰਦੇ। ਅੱਛਾ ਅੱਛਾ, ਠੀਕ ਹੈ ਜੀ, ਤੇ ਉਹ ਤਾਂ ਚੰਗਾ ਲੱਗਦਾ। ਹਾਂਜੀ, ਠੀਕ ਹੈ ਜੀ। ਤੇ ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ 10 ਸਾਲ, ਮੇਰੀ ਭੈਣ ਦੀ 12। ਅੱਛਾ, ਤੁਹਾਡਾ ਕੀ ਨਾਮ ਹੈ ਜੀ? ਸਤਨਾਮ। ਅੱਛਾ ਠੀਕ ਹੈ ਜੀ, ਇਹ 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 ਬੰਦਾ ਸੁਣਾ ਰਿਹਾ ਸਲੋਕ ਕੋਈ ਵੀ ਕੋਈ ਵੀ ਤੇ ਕਰ ਬੈਸੋ ਹਰਜਨ ਪਿਆਰੇ ਤੇ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਾਂ ਜਾਨਕੀ ਪੈਜ ਰੱਖੀ ਕਰਤਾ। ਅਸੀਂ ਅਗਲੇ ਸਾਲ ਆਵਾਂਗੇ, ਚੇਤੇ ਕਰਕੇ ਰੱਖਣਾ। ਠੀਕ ਹੈ, ਹਾਂਜੀ, ਨਹੀਂ ਝਿਜਕਦੇ ਵੀ ਆ, ਨਹੀਂ ਇੱਦਾਂ ਹੀ ਆ ਜੀ। ਨਹੀਂ ਜੀ, ਨਹੀਂ, ਚਲੋ ਬਹੁਤ ਵਧੀਆ, ਬੈਠੋ ਮੇਰਾ ਪੁੱਤ, ਬੈਠੋ। ਹਾਂਜੀ ਹਾਂਜੀ, ਲੀਡ ਕਰਦੇ ਆ ਮੋਰੇ। ਨਹੀਂ ਚਲੋ, ਬਹੁਤ ਸੋਹਣਾ ਜੀ, ਇੱਧਰ ਇਹ ਵੱਡੇ ਬੱਚਿਆਂ ਦੀ ਕਲਾਸ ਆ ਜੀ। ਠੀਕ ਹੈ ਜੀ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਤਕਰੀਬਨ ਜਿੰਨਾ ਕੁ ਆਪਾਂ ਨੂੰ ਪਤਾ ਆ ਸਾਰਾ ਦੱਸਿਆ ਗਿਆ, ਸਾਰਾ ਦੱਸਿਆ ਗਿਆ। ਹਾਂਜੀ, 31 ਰਾਗ, ਠੀਕ ਆ ਜੀ, 11 ਭੱਟ ਸਾਹਿਬਾਨ, 15 ਭਗਤ ਸਾਹਿਬਾਨਾਂ ਦੇ ਨਾਲ
ਤੇ 6 ਗੁਰੂ ਸਾਹਿਬਾਨਾਂ ਦੀ ਬਾਣੀ ਜਿਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ, ਤੇ 4 ਗੁਰਸਿੱਖਾਂ ਦੀ ਬਾਣੀ ਜਿਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਜੀ। ਨਹੀਂ ਠੀਕ, 36 ਮਹਾਂਪੁਰਖਾਂ ਬਾਰੇ, ਗੁਰੂ ਗ੍ਰੰਥ ਸਾਹਿਬ ਜੀ ਬਾਰੇ, ਠੀਕ ਆ ਜੀ, ਕਿੰਨੇ ਰਾਗ ਆ, ਕਿਹੜੇ ਰਾਗ ਤੇ ਕਿੱਥੇ ਹੈਗਾ ਜੀ, ਤਕਰੀਬਨ ਸਾਰਾ ਦੱਸਿਆ ਗਿਆ ਬੱਚਿਆਂ ਨੂੰ। ਹਾਂਜੀ, ਤੇ ਪਹਿਲਾ ਰਾਗ ਕਿਹੜਾ ਆ, ਆਖਰੀ ਰਾਗ ਕਿਹੜਾ ਆ ਜੀ, ਪੰਜਾਂ ਪਿਆਰਿਆਂ ਦੇ ਇਹਨਾਂ ਤੋਂ ਨਾਂ ਸੁਣੋ ਇਹਨਾਂ ਦਾ। ਠੀਕ ਆ ਜੀ, ਫਿਰ ਪਤਾ ਲੱਗੂਗਾ ਵੀ। ਹਾਂਜੀ, ਪੰਜ ਪਿਆਰਿਆਂ ਦੇ ਨਾਂ ਪਤਾ ਜੀ? ਹਾਂਜੀ, ਸੁਣਾਓ ਜੀ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਹਿਬ ਸਿੰਘ ਜੀ। ਬਹੁਤ ਵਧੀਆ ਜੀ, ਪੁੱਤ ਕੀ ਹਾਲ ਆ? ਠੀਕ ਹੋ? ਹਾਂਜੀ, ਤੇ ਮੈਨੂੰ ਇੱਕ ਗੱਲ ਦੱਸਿਓ, ਪੰਜਾਬੀ ਪਹਿਲਾਂ ਵੀ ਆਉਂਦੀ ਸੀ ਕਿ ਇੱਥੇ ਆ ਕੇ ਸਿੱਖੀ? ਆਉਂਦੀ ਸੀ ਪਹਿਲਾਂ। ਆਉਂਦੀ ਸੀ, ਹੁਣ ਪ੍ਰੈਕਟਿਸ ਕਰਦੇ ਹੋ? ਹਾਂਜੀ। ਚੇਤਾ ਤਾਂ ਨਹੀਂ ਭੁੱਲਦਾ? ਭੁੱਲ ਜਾਂਦਾ ਥੋੜਾ ਬਹੁਤ ਭੁੱਲ ਜਾਂਦਾ। ਠੀਕ ਹੈ ਜੀ, ਤੁਹਾਨੂੰ ਪਹਿਲਾਂ ਆਉਂਦੀ ਸੀ ਪੰਜਾਬੀ? ਪਹਿਲੇ ਹਾਂਜੀ ਆਉਂਦੀ। ਆਉਂਦੀ ਸੀ, ਹੁਣ ਵੀ ਲਗਾਤਾਰ ਪ੍ਰੈਕਟਿਸ ਕਰਦੇ ਆ? ਹਾਂਜੀ, ਹੁਣ ਜ਼ਿਆਦਾ ਵਧੀਆ ਆਉਂਦੀ। ਜ਼ਿਆਦਾ ਠੀਕ ਲੱਗਦਾ ਇੱਥੇ? ਹਾਂਜੀ। 31 ਰਾਗ ਕੌਣ ਦੱਸੂਗਾ ਜੀ? ਆਓ ਜੀ ਉੱਠ ਕੇ, ਫਿਰ ਮੇਰੇ ਕੋਲ ਆਓ, ਮੇਰੇ ਜਿੱਡੇ ਹੀ ਆ ਤੁਸੀਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਤੁਹਾਡਾ? ਦਪਿੰਦਰਜੀਤ ਸਿੰਘ। ਅੱਛਾ, ਦਪਿੰਦਰਜੀਤ ਸਿੰਘ ਜੀ, 31 ਰਾਗਾਂ ਦੇ ਬਾਰੇ ਜਿੰਨੀ ਕੁ ਜਾਣਕਾਰੀ ਹੈਗੀ ਆ ਦੱਸਿਓ ਜੀ। 31 ਰਾਗ ਸ਼੍ਰੀ ਰਾਗ, ਮਾਜ ਰਾਗ, ਗੌੜੀ ਰਾਗ, ਆਸਾ ਰਾਗ, ਦੇਵਗੰਧਾਰੀ ਰਾਗ, ਗੁਜਰੀ ਰਾਗ, ਦੇਵਗੰਧਾਰੀ ਰਾਗ, ਬਿਆਗੜਾ ਰਾਗ, ਵੜਹੰਸ ਰਾਗ, ਸੋਰਠ ਰਾਗ, ਧਨਾਸਰੀ ਰਾਗ, ਜੈ ਸ਼੍ਰੀ ਰਾਗ, ਤੋਡੀ ਰਾਗ, ਬਿਰਾੜੀ ਰਾਗ, ਤਿਲੰਗ ਰਾਗ, ਸੂਈ ਰਾਗ, ਬਿਲਾਵਰ ਰਾਗ, ਗੌਂਡ ਰਾਗ, ਰਾਮਕਲੀ ਰਾਗ। ਇੱਥੇ ਆ ਕੇ ਸਿੱਖੀ ਆ? ਹਾਂਜੀ ਹਾਂਜੀ, ਸਪੇਨ ਚ ਆ ਕੇ। ਹਾਂਜੀ, ਵਿਕ ਚ, ਇਸੇ ਗੁਰੂ ਘਰ ਚ। ਹਾਂਜੀ, ਕਮਾਲ ਹੋ ਗਈ। ਹਾਂਜੀ, ਨਹੀਂ ਮੈਂ ਸਮਝ ਗਿਆ ਜੀ। ਅੱਛਾ, ਮਿਊਜ਼ਿਕ ਵਾਲੇ ਪਾਸੇ ਜਾਣਾ ਚਾਹੁੰਦੇ ਹੋ? ਨਾ ਜੀ ਨਾ। ਅੱਛਾ ਠੀਕ ਹੈ ਜੀ, ਤੇ ਰਾਗ ਲਗਾਤਾਰ ਸਿੱਖੀ ਜਾਣੇ ਆ? ਹਾਂਜੀ ਹਾਂਜੀ। ਠੀਕ ਹੈ ਜੀ, ਤੇ ਨਾਲ ਦੀ ਨਾਲ ਮੈਨੂੰ ਇਹ ਵੀ ਦੱਸਿਓ ਕਿ ਰਾਗਾਂ ਵਾਲੇ ਪਾਸੇ ਰੁਚੀ ਕਿਉਂ ਆ? ਰਾਗਾਂ ਵਾਲੇ ਪਾਸੇ ਸਿਖਾਉਂਦੇ ਕਰਕੇ? ਹਾਂਜੀ ਹਾਂਜੀ। ਇਹਨਾਂ ਦਾ ਕਹਿਣਾ ਮੰਨਦੇ ਹੋ ਲਗਾਤਾਰ? ਹਾਂਜੀ, ਜੇ ਮੰਨਦੇ ਰਹੋਗੇ ਤਾਂ ਚੰਗੇ ਰਹੋਗੇ। ਹਾਂਜੀ, ਚਲੋ ਠੀਕ ਹੈ, ਸ਼ੁਕਰੀਆ ਜੀ। ਓਕੇ, ਇਹ ਬੱਚੀ ਹੈ ਜੀ ਆਪਣੀ। ਹਾਂਜੀ, ਇਹਨਾਂ ਨੇ ਬੱਚੀ ਨੇ ਬਾਣੀਆਂ ਕੰਠ ਕੀਤੀ, ਫਿਲਹਾਲ ਫਸਟ ਨਾਮ ਲਿਆ। ਠੀਕ ਹੈ, ਮਹਾਰਾਜ ਦੀ ਕਿਰਪਾ ਨਾਲ ਜਿੰਨਾ ਕੁ ਹੋ ਸਕਿਆ ਜੀ ਬਹੁਤ ਤਿਆਰੀ ਕੀਤੀ ਹੈ। 10 ਸਾਲ ਵਾਲੀ ਉਮਰ ਹੈ ਜੀ ਵਿਚਾਰੀ। 10 ਸਾਲ ਉਮਰ ਹੈ ਤੁਹਾਡੀ? ਕੋਈ ਵੀ ਸੁਣਾਓਗੇ ਜੀ ਕੁਛ ਜੋ ਕੰਠ ਕੀਤਾ ਥੋੜਾ ਜਿਹਾ? ਚੌਪੀ ਸਾਹਿਬ ਸੁਣਾ ਸਕਦੇ? ਹਾਂਜੀ, 2 ਮਿੰਟ ਲਈ ਕੋਈ ਨਹੀਂ। ਪਾਤਸ਼ਾਹੀ 10ਵੀਂ ਕਵਿਓ ਬਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚੜਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਿਤ ਪਾਰਾ, ਹਮਰੇ ਦੁਸ਼ਟ ਸਬੈ ਤੁਮਕਾਵੋ, ਆਪ ਹਾਥ ਦੇ ਮੋਹ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ, ਮੋਰ ਰੱਛਾ ਨਿਜ ਕਰਦੇ ਕਰੀਏ, ਸਭੈ ਰੰਗੋ ਆਜ ਸੰਗਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਮੈਨੂੰ ਲੱਗਦਾ ਕਿ ਇਹਦੇ ਤੋਂ ਅੱਗੇ ਹੁਣ ਕੁਛ ਬਾਕੀ ਚੀਜ਼ਾਂ ਜਿਹੜੀਆਂ ਨਹੀਂ ਰਹਿ ਜਾਂਦੀਆਂ, ਜਦੋਂ ਸਾਡੀ 10 ਸਾਲ ਦੀ ਜਿਹੜੀ ਬੱਚੀ ਸਾਡੀ ਬੇਟੀ ਹੈ ਉਹ ਇਸ ਤਰੀਕੇ ਦੇ ਨਾਲ ਜੁੜੀ ਹੋਈ ਹੈ, ਕੰਠ ਕੀਤੀ ਹੋਈ ਹੈ ਬਾਣੀ, ਪੰਜਾਬੀ ਦੀਆਂ ਜਮਾਤਾਂ ਚੱਲ ਰਹੀਆਂ ਨੇ, ਵਿਕ ਸ਼ਹਿਰ ਦਾ ਗੁਰੂ ਘਰ ਹੈ, ਸਪੇਨ ਦੇਸ਼ ਹੈ, ਬਾਰਸੀਲੋਨਾ ਤੋਂ 1 ਘੰਟੇ ਦੀ ਜਿਹੜੀ ਦੂਰੀ 'ਤੇ ਹੈ। ਅਸੀਂ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦੇ ਹਾਂ, ਸਥਾਨਕ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੰਨੇ ਚੰਗੇ ਤਰੀਕੇ ਦੇ ਨਾਲ ਸਾਰਾ ਕੁਛ ਜਿਹੜਾ ਉਹ ਜਾਰੀ ਰੱਖਿਆ, ਅਤੇ ਅਸੀਂ ਉਮੀਦ ਇਸ ਗੱਲ ਦੀ ਵੀ ਕਰਦੇ ਹਾਂ ਕਿ ਇਹ ਉਪਰਾਲੇ ਸਾਂਝੀਵਾਲਤਾ ਦੇ ਨਾਲ ਲਗਾਤਾਰ ਚੱਲਦੇ ਰਹਿਣ। ਸੋ ਮੈਨੂੰ ਪਰਮਵੀਰ ਸਿੰਘ ਬਾਠ ਨੂੰ ਬਿਕ ਸ਼ਹਿਰ ਦੇ ਗੁਰੂ ਘਰ ਤੋਂ ਦਿਓ ਆਗਿਆ, ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।